ਨਾਬਾਲਗ ਕੁੜੀ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਤੇ ਉਸਦੀ ਲਾਸ਼ ਘਰ ਦੇ ਅੰਦਰ ਤੋਂ ਮਿਲੀ ਹੈ। ਇਸ ਕੁੜੀ ਨੇ ਅਜੇ 2 ਦਿਨ ਪਹਿਲਾਂ ਹੀ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਸਜਾਈ ਸੀ, ਪਰ ਹੁਣ ਇਸ 17 ਸਾਲ ਦੀ ਨਾਬਾਲਗ ਕੁੜੀ ਦੀ ਮੌਤ ਹੋ ਗਈ ਹੈ, ਜਿਸ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਘਰ ਦੇ ਅੰਦਰ ਤੋਂ ਲਾਸ਼ ਮਿਲੀ ਹੈ। ਦਰਅਸਲ ਇਹ ਮਾਮਲਾ ਜਗਰਾਓ ਦੇ ਪਿੰਡ ਕੋਕੇ ਕਲਾਂ ਤੋਂ ਸਾਹਮਣੇ ਆਇਆ, ਜਦੋਂ ਲੋਕ ਹੱਕੇ ਬੱਕੇ ਰਹਿ ਗਏ ਜਦੋਂ ਇਸ 17 ਸਾਲ ਦੀ ਨਾਬਾਲਗ ਕੁੜੀ, ਜਿਸਦਾ ਨਾਮ ਸਿਮਰਨਪ੍ਰੀਤ ਕੌਰ ਹੈ, ਉਸਦੀ ਲਾਸ਼ ਘਰ ਦੇ ਅੰਦਰ ਤੋਂ ਮਿਲੀ। ਦਰਅਸਲ ਇਸ ਮ੍ਰਿਤਕ ਲੜਕੀ ਦੇ ਪਿਤਾ ਨੇ ਦੂਜਾ ਵਿਆਹ ਕਰਵਾਇਆ ਹੋਇਆ ਤੇ ਉਸਦੀ ਦੂਜੀ ਮਾਂ ਅਕਸਰ ਹੀ ਇਸ ਨੂੰ ਪਰੇਸ਼ਾਨ ਕਰਦੀ ਰਹਿੰਦੀ ਸੀ ਅਤੇ ਲੜਾਈ ਝਗੜਾ ਵੀ ਕਰਦੀ ਸੀ। ਅਤੇ ਜਦੋਂ ਸਿਮਰਨਪ੍ਰੀਤ ਦੀ ਲਾਸ਼ ਉਸਦੇ ਘਰ ਦੇ ਵਿੱਚੋਂ ਮਿਲੀ ਤਾਂ ਉਸਦੇ ਗਲੇ ਅਤੇ ਸਰੀਰ ਤੇ ਕਈ ਨਿਸ਼ਾਨ ਸਨ ਅਤੇ ਉਸਦੀ ਜੀਭ ਵੀ ਬਾਹਰ ਨਿਕਲੀ ਹੋਈ ਸੀ, ਜਿਸ ਕਾਰਨ ਹੁਣ ਪਰਿਵਾਰ ਨੇ ਸਿਮਰਨਪ੍ਰੀਤ ਦਾ ਕਤਲ ਦਾ ਸ਼ੱਕ ਜ਼ਾਹਰ ਕੀਤਾ। ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਇਸ ਮੌਕੇ ਮ੍ਰਿਤਕਾ ਦੇ ਭਰਾ ਅਤੇ ਭੂਆ ਨੇ ਮ੍ਰਿਤਕਾ ਦੀ ਮੌਤ ਲਈ ਉਸਦੀ ਦੂਜੀ ਮਾਂ ਅਤੇ ਉਸਦੇ ਪਿਤਾ ਨੂੰ ਜ਼ਿੰਮੇਵਾਰ ਦੱਸਿਆ ਤੇ ਇਨਸਾਫ ਦੀ ਮੰਗ ਕੀਤੀ ਹੈ। ਮੇਰੀ ਭੈਣ ਨੇ ਤਾਂ ਔਖੀ ਸੀਗੀ, ਇਹ ਮੈਨੂੰ ਹੈ ਨਾ ਤੰਗ ਕਰਦੇ ਸੀ ਮੇਰੀ ਭੈਣ ਨੂੰ ਤੇ ਮੈਨੂੰ, ਹੈ ਨਾ। ਫਿਰ ਮੇਰੀ ਭੈਣ ਨੂੰ ਜੀ ਛੱਡ ਵੀ ਗਏ ਸੀਗੇ। ਤੇਰੀ ਭੈਣ ਨੂੰ ਤੇ ਤੈਨੂੰ ਤੰਗ ਕੌਣ ਕਰਦਾ ਸੀਗਾ? ਮੇਰੀ ਭੂਆ ਕਰਦੇ ਸੀ ਤੇ ਆਹ ਜਿਹੜੀ ਨਵੀਂ ਵਿਆਹ ਕੇ ਆਈ ਸੀਗੀ ਇੱਕ ਉਹਦੇ, ਤੇ ਡੈਡੀ ਵੀ ਤੇਰੇ ਤੰਗ ਕਰਦੇ ਤੁਹਾਨੂੰ? ਮੇਰੇ ਡੈਡੀ ਵੀ ਤੰਗ ਕਰਦੇ ਤੇ ਮੇਰੇ ਡੈਡੀ ਤੰਗ ਕਰਦੇ, ਇਹਨਾਂ ਨੂੰ ਕੁੱਟ ਮਾਰ ਕਰਕੇ ਘਰੋਂ ਬਾਹਰ ਕੱਢ ਦਿੰਦੇ ਸੀਗੇ। ਘਰੋਂ ਬਾਹਰ ਕੱਢ ਕੇ ਫਿਰ ਇਹਨਾਂ ਨੂੰ, ਹੈ ਨਾ, ਇੱਕ ਚਾਂਸ ਦਿੱਤੇ। ਫਿਰ ਮੇਰੀ ਮੰਮੀ, ਅਸੀਂ ਆਏ ਸੀ ਇਹਨੂੰ ਛੱਡਣ, ਮੇਰੀ ਮੰਮੀ ਨੂੰ ਵੀ ਘਰੋਂ ਬਾਹਰ ਕੱਢਤਾ ਸੀ, ਸਾਨੂੰ ਵੀ ਅੱਧੀ ਰਾਤ। ਫਿਰ ਅਸੀਂ ਇਹਨੂੰ ਲੈ ਗਏ ਸੀ, ਫਿਰ ਇਹਨੇ, ਹੈ ਨਾ, ਫੋਨ ਲੱਗ ਕੇ ਕਹਿੰਦਾ ਮੇਰੀ ਭੈਣ ਕਹਿੰਦਾ ਮੇਰੀ ਕੁੜੀ ਨੂੰ ਛੱਡ ਕੇ ਜਾਓ। ਫਿਰ ਅਸੀਂ ਵੀ ਛੱਡ ਗਏ ਸੀ, ਫਿਰ ਇਹਨਾਂ ਨੇ ਆਹ ਕਰਤਾ ਸੀਗਾ। ਕੀ ਨਾਂ ਸੀ ਤੇਰੀ ਭੈਣ ਦਾ? ਨਾਂ ਕੀ? ਸਿਮਰਨਪ੍ਰੀਤ ਕੌਰ। ਤੂੰ ਤੁਹਾਡਾ ਤੂੰ ਤੇਰੀ ਕੀ ਲੱਗਦੀ ਭੈਣ ਆ ਤੇਰੀ? ਭੈਣ ਆ ਜੀ। ਕੁੜੀ ਛੱਡਣ ਆਈ ਸੀਗੀ, ਇਹਦੇ ਪਿਓ ਨਾਲ ਗੱਲ ਹੋਈ ਆ, ਕਹਿੰਦਾ ਤੂੰ ਕੁੜੀ ਨੂੰ ਛੱਡ ਜਾ। ਮੈਂ ਨਹੀਂ ਛੱਡਦੀ, ਕਹਿੰਦਾ ਤੂੰ ਛੱਡ ਜਾ, ਮੈਂ ਜ਼ਿੰਮੇਵਾਰ ਆ ਕੁੜੀ ਦਾ। ਮੈਂ ਕਿਹਾ ਠੀਕ ਹੈ, ਤੂੰ ਜ਼ਿੰਮੇਵਾਰ ਆ? ਕਹਿੰਦਾ ਹਾਂ ਮੈਂ ਜ਼ਿੰਮੇਵਾਰ ਆ। ਠੀਕ ਹੈ ਨਾ, ਅਤੇ ਮੈਂ ਛੱਡ ਗਈ ਕੁੜੀ ਨੂੰ, ਕੁੜੀ ਨੂੰ ਛੱਡਤਾ ਅਤੇ ਰਾਤ ਨੂੰ ਮੈਂ ਕਿਸੇ ਦੇ ਜ਼ਿੰਮੀਦਾਰਾਂ ਦੇ ਘਰ ਰਾਤ ਕੱਢੀ ਆ। ਮੈਂ ਇੱਥੇ ਸੀਗੀ ਕੋ ਕਹਿ ਜਾ, ਮੈਂ ਘਰੇ ਨਹੀਂ ਰਹੀ ਇਹਨਾਂ ਦੇ। ਅਤੇ ਜਦੋਂ ਇਹ ਆਪਸੇ ਵਿੱਚ ਲਾਉਣੇ, ਵੱਡੀ ਕੁੜੀ ਦਾ ਫੋਨ ਆਇਆ, ਆ ਜਿਹੜੀ ਬੈਠੀ ਹੈਗੀ, ਵੱਡੀ ਕੁੜੀ ਨੇ ਕਿਹਾ ਕਹਿੰਦੀ ਉਹਨੂੰ ਜੁੰਡਿਆਂ ਤੋਂ ਫੜ ਕੇ ਘੜੀਸ ਕੇ ਇਹਨੂੰ ਬਾਹਰ ਕੱਢ, ਮੈਨੂੰ ਜਾਣੀ ਦੀ ਕਿਹਾ। ਮੈਂ ਘਰੋਂ ਇਹਨਾਂ ਦੇ ਉਹਦੀ ਛੱਡ ਕੇ ਕੁੜੀ ਨੂੰ ਬਾਹਰ ਮੈਂ ਜੱਗੀ ਨੂੰ ਕਿਹਾ, ਮੈਂ ਹਾਂ ਚਾਹਾਂ ਮੈਂ ਜੀ ਕੁੜੀ ਤੇਰੀ ਜ਼ਿੰਮੇਵਾਰੀ ਆ, ਕੱਲ੍ਹ ਨੂੰ ਕੋਈ ਉਨੀ ਨਿੱਕੀ ਹੋ ਗਈ ਮੈਂ ਛੱਡਦੀ ਨਹੀਂ, ਆਹ ਗੱਲ ਮੈਂ ਜ਼ਰੂਰ ਕਹਿ ਕੇ ਗਈ ਹਾਂ। ਇਹਨਾਂ ਨੇ ਕੀ ਕੀਤਾ, ਕਹਿੰਦੇ ਅਸੀਂ ਜ਼ਿੰਮੇਵਾਰ ਆ ਇਹਦੇ ਕੁੜੀ ਦੇ। ਇਹ ਕੁੜੀ ਨੇ ਫੋਨ ਲਾਇਆ, ਕਹਿੰਦੀ ਇਹਨਾਂ ਨੂੰ ਮਾਵਾਂ ਧੀਆਂ ਨੂੰ ਜੁੰਡਿਆਂ ਤੋਂ ਫੜ ਕੇ ਘੜੀਸ ਕੇ ਕਹਿੰਦੀ ਮੈਨੂੰ ਬਾਹਰ ਕੱਢ, ਕਰੀਏ ਬੈਠੀਆਂ ਕੀ ਕਰਦੀਆਂ। ਕੁੜੀ ਇਹਨਾਂ ਨੇ 11:30 ਵਜੇ ਕੱਢਤੀ, ਜਿਹੜੀ ਇਹ ਵਿਆਹ ਕੇ ਲਿਆਇਆ। 11:30 ਵਜੇ ਮੈਂ ਕੁੜੀ ਨੂੰ ਜ਼ਿੰਮੀਦਾਰਾਂ ਦੇ ਘਰੋਂ ਲੈ ਉੱਠ ਕੇ ਸੁੱਤੀ ਸੀ, ਕੁੜੀ ਨੂੰ 11:30 ਵਜੇ ਘਰ ਲੈ ਕੇ ਗਈ, ਜਿੱਥੇ ਮੈਂ ਪਈ ਸੀ ਉੱਥੇ ਉਹਨੂੰ ਪਾਇਆ। ਮੈਂ ਕੁੜੀ ਨੂੰ ਵਾਪਸ ਲੈ ਗਈ ਚੀਮੇ, ਜਦੋਂ ਵਾਪਸ ਲੈ ਗਈ ਚੀਮੇ, ਉੱਥੇ ਜਾ ਕੇ ਇਹਦੇ ਪਿਓ ਨੇ ਫਿਰ ਫੋਨ ਲਾਇਆ, ਕਹਿੰਦਾ ਕੁੜੀ ਨੂੰ ਕਹਿ ਵੀ ਇੱਥੇ ਆ ਜਾ। ਕੁੜੀ ਨਾਲ ਪਤਾ ਨਹੀਂ ਕੀ ਗੱਲ ਕਰੀ ਕੀ ਨਾ ਕਰੀ, ਕੁੜੀ ਨੂੰ ਕਹਿੰਦਾ ਤੂੰ ਮੁੜ ਕੇ ਵਾਪਸ ਆ ਜਾ। ਕੁੜੀ ਉਹਨੇ ਪੈਰੀ, ਉਹ ਅਜੇ ਮੈਂ ਪਾਣੂ ਹੀ ਪੀਤਾ, ਉਹਨੇ ਕਹਿੜੀ ਕੁੜੀ ਵਾਪਸ ਮੁੜ ਗਈ। ਮੈਂ ਫੋਨ ਲਾਇਆ, ਮੈਂ ਕਿਹਾ ਹੁਣ ਇਹ ਵਾਪਸ ਮੁੜ ਗਈ, ਤੂੰ ਫੋਨ ਲਾਇਆ ਇਹਦਾ ਜ਼ਿੰਮੇਵਾਰ ਤੂੰ ਆ, ਇਹ ਤੋਂ ਵੱਧ ਮੇਰੇ ਨਾਲ ਇਸ ਤੋਂ ਬਾਅਦ ਕੁੜੀ ਦੀ ਕੋਈ ਗੱਲ ਨਹੀਂ। ਕੁੜੀ ਤੁਹਾਡੀ ਸਕੀ ਸੀ ਜੀ? ਕੌਣ ਜੀ? ਕੁੜੀ ਦੀ ਸਕੀ ਹੈ? ਕੁੜੀ ਜੀ? ਹਾਂ ਮੇਰੀ ਸਕੀ ਕੁੜੀ ਹੈ। ਠੀਕ। ਦੋ ਬੱਚੇ, ਇੱਕ ਲੜਕਾ, ਇੱਕ ਮੁੰਡਾ ਹੈਗਾ ਬੈਠਾ।
ਮੈਂ ਮੈਨੂੰ ਪਰਸੋਂ ਨੇ ਚੁੱਟ ਤੇ ਫੋਨ ਕੀਤਾ, ਕਹਿੰਦੀ ਭੂਆ ਤੀਆਂ 'ਤੇ ਆ ਜਾ, ਮੈਂ ਤੁਹਾਡੇ ਨਾਲ ਜਾਊਂਗੀ। ਅਸੀਂ ਤੀਆਂ 'ਤੇ ਗਏ ਹਾਂ, ਸਾਰੇ ਜਾਣੇ ਇਕੱਠੇ ਤੀਆਂ ਦੇਖ ਕੇ ਆਏ ਹਾਂ। ਤੀਆਂ ਦੇਖ ਕੇ ਆ ਕੇ ਮੈਨੂੰ ਪੁੱਛਿਆ, ਮੈਂ ਕਿਹਾ ਸਿੰਮੀ ਤੂੰ ਉੱਥੋਂ ਤੇਰੀ ਮੰਮੀ ਕਾਹਤੋਂ ਛੱਡ ਗਈ, ਕੀ ਹੋਇਆ? ਕਹਿੰਦੀ ਭੂਆ ਮੈਨੂੰ ਧੱਕੇ ਨਾਲ ਛੱਡ ਗਈ, ਕਹਿੰਦੀ ਮਾਰ ਖਾ ਪਰ ਇੱਥੇ ਰਹਿ ਮੇਰੇ ਕੋਲ ਨਾ। ਮੈਂ ਕਿਹਾ ਸਿੰਮੀ ਇਹੋ ਜਿਹੀ ਕਿਹੜੀ ਗੱਲ ਹੋ ਗਈ ਜਿਹੜੀ ਤੈਨੂੰ ਇੱਥੇ ਛੱਡ ਗਈ? 7-8 ਮਹੀਨੇ ਹੋ ਗਏ ਜੱਗੀ ਦੇ ਵਿਆਹ ਹੋਏ ਨੂੰ, ਤੂੰ ਤੋਂ ਕਾਹਤੋਂ ਨਹੀਂ ਆਈ? ਕਹਿੰਦੀ ਭੂਆ ਮੈਂ ਹਿੱਸਾ ਲੈ ਕੇ ਜਾਣਾ ਆਪਦਾ, ਮੇਰਾ ਪੁੱਤ ਹਿੱਸਾ ਤੁਹਾਡਾ ਹੀ ਆ, ਆਹ ਕਮਰਾ ਤੁਹਾਨੂੰ ਦੋਨਾਂ ਭੈਣ ਭਰਾਵਾਂ ਨੂੰ ਦਿੱਤਾ ਹੋਇਆ ਵਾ। ਕੱਟੀਆਂ ਸੀ ਗੁਰਦੁਆਰੇ ਜਾਂਦੀਆਂ, ਆਹੀ ਗੱਲ ਕੀਤੀ। ਫਿਰ ਮੈਂ ਕਿਹਾ ਤੂੰ ਉੱਤੋਂ ਕਾਹਤੋਂ ਆਈ? ਕਹਿੰਦੀ ਭੂਆ ਮੈਂ 8,000 ਦਾ ਝੋਨਾ ਲਾਇਆ ਸੀਗਾ, ਮੇਰੇ ਉੱਧਰਲੇ ਡੈਡੀ ਨੇ ਮੇਰਾ ਪੈਸੇ ਖੋਲੇ, ਕਹਿੰਦੀ ਮੇਰੀ ਸਾਡੀ ਲੜਾਈ ਹੁੰਦੀ ਸੀ ਇਸ ਕਰਕੇ, ਕਹਿੰਦੀ ਮੈਨੂੰ ਮੇਰੀ ਮੰਮੀ ਇੱਥੇ ਛੱਡ ਗਈ, ਬਸ ਮੇਰੇ ਨਾਲ ਆਹੀ ਗੱਲ ਕੀਤੀ ਆ, ਹੋਰ ਕੋਈ ਗੱਲ ਨਹੀਂ ਕੀਤੀ। ਇਹਦੇ ਬਾਰੇ ਜਾਣਕਾਰੀ ਦਿਓ ਜੀ, ਕੀ ਇਹਦੇ 'ਤੇ ਕਾਰਵਾਈ ਹੋਈ? ਵੀਰਪਾਲ ਕੌਰ ਨੇ ਆਪਣਾ ਬਿਆਨ ਲਿਖਾਇਆ ਜੀ, ਵੀ ਮੇਰੀ ਜਿਹੜੇ ਪਹਿਲੇ ਪਤੀ ਸੀਗਾ ਜੀ ਉਹਨਾਂ ਨੇ, ਅਤੇ ਉਸਦੀ ਜਿਹੜੀ ਹੈਗੀ ਆ ਹੁਣ ਸਟੈਪ ਵਾਈਫ, ਉਹਨਾਂ ਨੇ ਜਿਹੜੀ ਉਹਨਾਂ ਦੀ ਲੜਕੀ ਆ ਸਿਮਰਨਪ੍ਰੀਤ ਕੌਰ ਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀਗੇ। ਇਹਨਾਂ ਦੇ ਪਹਿਲੇ ਵਿਆਹ ਦੇ ਜਿਹੜੇ ਦੋ ਬੱਚੇ ਸੀਗੇ, ਇੱਕ ਲੜਕਾ ਅਤੇ ਲੜਕੀ, ਇੱਥੇ ਕੌਕੇ ਕਲਾਂ ਰਹਿੰਦੇ ਸੀਗੇ। ਇਹ ਜਿਹੜੀ ਲੇਡੀ ਸੀਗੀ ਵੀਰਪਾਲ ਕੌਰ, ਇਹ ਪਿੰਡ ਚੀਮੇ ਵਿਖੇ ਰਹਿੰਦੀ ਸੀਗੀ ਜੀ। ਇਹਨੇ ਜਿਹੜਾ ਇਹਦਾ ਬਾਪ ਸੀਗਾ ਲੜਕੀ ਦਾ, ਇਹਨੇ ਵਿਆਹ ਕਰਵਾਇਆ ਸੀ ਜਸਵੰਤ ਸਿੰਘ ਨੇ, ਅਤੇ ਜਿਹੜੀ ਉਹਦੀ ਵਾਈਫ ਸੀਗੀ ਉਹਨਾਂ ਨੇ ਇਸ ਲੜਕੀ ਨੂੰ ਤੰਗ ਪਰੇਸ਼ਾਨ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਨ 'ਤੇ ਜਿਹੜੀ ਹੈਗੀ ਆ ਇਹਨਾਂ ਨੇ ਬਿਆਨ ਲਿਖਾਇਆ ਵਾ, ਜਿਸ 'ਤੇ ਜਿਹੜਾ ਹੈਗਾ ਵਾ ਕੇਸ ਰਜਿਸਟਰ ਅਸੀਂ ਕਰਨ ਜਾ ਰਹੇ ਹਾਂ, ਅਤੇ ਅਗਲੀ ਜਿਹੜੀ ਇਨਵੈਸਟੀਗੇਸ਼ਨ ਡਿਊਰਿੰਗ ਇਨਵੈਸਟੀਗੇਸ਼ਨ ਸਾਰੇ ਤੱਤ ਸਾਹਮਣੇ ਆ ਜਾਣਗੇ। ਖੁਸ਼ਖੁਸ਼ੀ ਵੀ ਦਿੱਤੀ ਹੋਈ